Z5 ऐप डाउनलोड करो ते देखो पूरे एपिसोड बिल्कुल फ्री। ये तो बड़ा औखा काम है डॉक्टर साहब। पक्का हुंदा भी की है जिंदगी च बाऊ जी, जो जो कुछ भी होया है असी कदे सोचा सी कि वो सब कुछ साडे नाल होऊगा। बाऊ जी अमृता, तुसी कदे सोचा सी कि अमृता सानू सारिआं नू इन्नी छेती छड्ड के चली जाऊगी? मेरे लिए तो वड्डी गल है ना बाऊ जी कि घट्टो घट मैनू अपनी धी का विआह देखण नू तां मिलूगा। मैं तुहाडे नाल वादा करदी हाँ बाऊ जी, अपनी धी नू डोली चढ़ाए बिना मैं नहीं मरदी। वेरी गुड, पॉजिटिव एटीट्यूड, ये तो बड़ी चंगी गल है। जो कि ब्रेन ट्यूमर नू जिहड़ी उहदी ग्रोथ आउंदे रोकण विच मदद करूगी। पर एक गल वेरी इंपॉर्टेंट, तुसी खुश रहना है, रिलैक्स रहना है, कोई चिंता नहीं करनी, असीं इहनू खुश रखांगे डॉक्टर साहब। अकाउंटेंट साहब, मैनू लगता बई जयवीर भा दे खाने हिसाब किताब की गड़बड़ वाली गल तो पै ही गई, पर यह खाते हैगे विराज दे ने, तां करके वह किसी ने दस भी नहीं रहा। मैनू लगता वह एक बार जरूर इन्हों खात्यां नू दोबारा चैक करूगा, पर उस तो पहला तुसी विराज दे खाते वाला भांडा बलदेव भा दे सामने भन्न दिओ। पर मैं की कहूँगा उन्होंने? वह तुसी भी बाली भोले हो, वह कहना की है, कह दिओ बई मैं नॉर्मल ऑडिट कर रहा सी। ओए अकाउंटेंट हो तुसी, आ विराज दा कच्चा चिट्ठा, मेरा मतलब विराज दे खात्यां दी गड़बड़ वाली गल बलदेव भा दे सामने रख दिओ। पर सर मैं तो नहीं फसूंगा। मैं बैठा नहीं, मेरे हुंदिया तुहाडी वाह वल भी नहीं कोई देख सकता। आ रखो तुसी, ओए रख लो, बाकी अगे दी जिम्मेदारी मेरी। हेरे हुंदिया साडी चाल साडे ते पुट्ठी पै जे, ए नहीं हो सकता। ओके सर। ਸਤਿ ਸ਼੍ਰੀ ਅਕਾਲ ਪਾਜੀ। ਸਤਿ ਸ਼੍ਰੀ ਅਕਾਲ ਜੀ, ਬੈਠੋ, ਆਜੋ ਬੈਠੋ। ਹਾਂਜੀ, ਤੁਸੀਂ ਇੱਥੇ? ਪਾਜੀ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ। ਤੁਹਾਨੂੰ ਤਾਂ ਮੈਂ ਦੱਸਿਆ ਸੀ ਨਾ। ਹਾਂਜੀ ਹਾਂਜੀ ਪਾਜੀ, ਮੈਂ ਦੁਕਾਨ ਬਾਰੇ ਗੱਲ ਨਹੀਂ ਕਰਨੀ ਸੀ ਜੀ। ਮੈਜੀਕਲ ਐਵੇਂ ਤੁਹਾਡੇ ਤੇ ਇੰਨਾ ਗੁੱਸਾ ਹੋ ਗਈ ਸੀ ਜੀ, ਉਹਦੇ ਵਾਸਤੇ ਮੈਂ ਸੌਰੀ ਕਹਿਣਾ ਸੀ। ਮੈਂ ਬਾਅਦ 'ਚ ਸੋਚਿਆ, ਫਿਰ ਮੈਨੂੰ ਅਹਿਸਾਸ ਹੋਇਆ ਕਿ ਗਲਤੀ ਤਾਂ ਮੇਰੀ ਸੀ ਨਾ। ਗਲਤੀ ਤੁਹਾਡੀ ਸੀ, ਮੈਂ ਕੁਝ ਸਮਝਿਆ ਨਹੀਂ। ਪਾਜੀ ਦੇਖੋ, ਇੱਕ ਤਾਂ ਨਾ ਮੇਰੀ ਦੁਕਾਨ ਦਾ ਬਜਟ ਵੀ ਬਹੁਤ ਘੱਟ ਹੈ ਨਾ, ਉਪਰੋਂ ਮੇਰੀ ਜਿਹੜੀ ਮੰਮੀ ਹੈ ਉਹ ਬਿਮਾਰ ਨੇ, ਤੁਹਾਨੂੰ ਤਾਂ ਬਥੇਰੇ ਲੋਕ ਜਾਣਦੇ ਨੇ, ਹੈ ਨਾ। ਤੁਸੀਂ ਦੇਖਿਓ ਨਾ ਉਹਨਾਂ ਨਾਲ ਗੱਲ ਕਰਕੇ ਜੇ ਕੋਈ ਮਿਲਦੀ ਹੈ ਦੁਕਾਨ, ਬਸ ਇੰਨਾ ਹੋ ਜਾਵੇ ਕਿ ਮੰਮੀ ਜੀ ਨੂੰ ਜਦੋਂ ਮੇਰੀ ਲੋੜ ਹੋਵੇ ਨਾ ਮੈਂ ਭੱਜ ਕੇ ਉਹਨਾਂ ਕੋਲ ਪਹੁੰਚ ਜਾਵਾਂ, ਤੇ ਦੁਕਾਨ ਦੀ ਜਿਹੜੀ ਡਿਪੋਜ਼ਿਟ ਹੈ ਨਾ ਉਹ ਵੀ ਘੱਟ ਹੋਵੇ। ਸੌਰੀ ਤੁਸੀਂ ਨਾ ਕਹੋ ਮੈਡਮ ਜੀ, ਮੇਰੇ ਵੱਲੋਂ ਸੌਰੀ ਹੈ। ਹੁਣ ਤਾਂ ਇਹ ਗੱਲ ਦੱਸਣੀ ਹੀ ਪੈਣੀ ਹੈ ਤੁਹਾਨੂੰ, ਉਹ ਰੇਟ ਰਾਤੋ ਰਾਤ ਮੈਂ ਹੀ ਦੁੱਗਣਾ ਕੀਤਾ ਸੀ, ਤੇ ਇਸ ਏਰੀਏ ਦੇ ਸਾਰੇ ਏਜੰਟਾਂ ਨੂੰ ਵੀ ਮੈਂ ਹੀ ਕਿਹਾ ਸੀ ਰੇਟ ਵਧਾਉਣ ਲਈ। ਭਾਜੀ ਤੁਸੀਂ ਕਿਹਾ ਸੀ ਰੇਟ ਵਧਾਉਣ ਨੂੰ, ਪਰ ਕਿਉਂ ਪਾਜੀ? ਉਹ ਮੈਨੂੰ ਨਰੂਲਾ ਸਵੀਟਸ ਵਾਲੇ ਬਾਬੂ ਜੀ ਦੇ ਕਹਿਣ ਤੇ ਕਰਨਾ ਪਿਆ।
ਐਡਾ ਵੱਡਾ ਝੂਟ। ਜੇ ਤੁਸੀਂ ਕਿਸੇ ਹੋਰ ਬਾਰੇ ਕਹਿੰਦੇ ਨਾ ਮੈਂ ਮੰਨ ਵੀ ਜਾਂਦੀ, ਪਰ ਨਰੂਲਾ ਸਵੀਟਸ ਵਾਲੇ ਬਾਊ ਜੀ ਬਾਰੇ ਤੁਸੀਂ ਐਦਾਂ ਦੀ ਗੱਲ ਕਹਿ ਰਹੇ ਹੋ? ਤੁਹਾਨੂੰ ਨਾ ਸ਼ਰਮ ਆਣੀ ਚਾਹੀਦੀ ਹੈ। ਨਾਲੇ ਜੈਵੀਰ ਅੰਕਲ ਉਹ ਬਿਲਕੁਲ ਸਹੀ ਕਹਿ ਰਹੇ ਸੀ, ਤੁਸੀਂ ਸਾਰੇ ਨਾ ਕਿਸੇ ਦੇ ਸਖੀ ਨਹੀਂ ਹੁੰਦੇ। ਨਾਲੇ ਇਹ ਝੂਠ ਨਾ ਬੰਦੇ ਦੇ ਆਪਣੇ ਮੂਹਰੇ ਆ ਜਾਂਦੇ। ਤੁਹਾਡਾ ਝੂਠ ਵੀ ਨਾ ਭਾਜੀ ਆਪਣੇ ਆਪ ਤੁਹਾਡੇ ਮੂਹਰੇ ਆ ਚੁੱਕਾ। ਇੱਕ ਮਿੰਟ ਮੈਡਮ ਜੀ, ਮੈਂ ਝੂਠ ਨਹੀਂ ਬੋਲ ਰਿਹਾ, ਮੇਰੇ ਤੋਂ ਭਾਵੇਂ ਸੌਂ ਖਵਾ ਲਓ, ਇਹ ਮੈਂ ਬਾਊ ਜੀ ਦੇ ਕਹਿਣ 'ਤੇ ਕੀਤਾ। ਦੇਖ ਲੈ ਪਲਕ, ਮਾਨਵ ਨੂੰ ਬਸ ਪਤਾ ਲੱਗਣ ਦੀ ਦੇਰ ਸੀ ਕਿ ਤੂੰ ਗੁੜ ਵਾਲਾ ਕੜਾਹ ਬਣਾਉਣਾ ਸਿੱਖ ਲਿਆ, ਉਹਨੇ ਨਾਲ ਹੀ ਪ੍ਰੋਗਰਾਮ ਬਣਾ ਲਿਆ ਇੱਧਰ ਆਉਣ ਦਾ। ਅਗਲਾ ਕਿਸਮਤ ਵਾਲਾ ਹੈ, ਤੁਸੀਂ ਤਾਂ ਕਦੇ ਮੇਰੇ ਲਈ ਐਦਾਂ ਕੁਛ ਕੀਤਾ ਹੀ ਨਹੀਂ। ਸਿੱਖੋ ਕੁਛ ਮੇਰੀ ਸਾਲੀ ਤੋਂ, ਇਹ ਹੁੰਦਾ ਅਸਲੀ ਪਿਆਰ। ਮੈਨੂੰ ਇੱਥੇ ਹੋ ਕੀ ਰਿਹਾ, ਐਵਰੀ ਡੇ ਹਰ ਰੋਜ਼ ਇੱਕ ਆ ਸਰਕਸ ਬਣਿਆ ਹੁੰਦਾ। ਤੁਹਾਨੂੰ ਪਤਾ ਹੈ ਨਾ ਆਈ ਡੋਂਟ ਲਾਈਕ ਦਿਸ। ਹਾਂਜੀ, ਤੁਸੀਂ ਲੋਕ ਐਡਲਟ ਨੂੰ ਕਦੋਂ ਬਿਹੇਵ ਕਰੋਗੇ? ਬਾਊ ਜੀ, ਤੁਸੀਂ ਕਿਉਂ ਅਲਾਓ ਕਰਦੇ ਹੋ ਸਾਰਾ ਕੁਛ? ਹੈਲੋ, ਉਹ ਜਿਹਨੇ ਖੁਸ਼ ਹੋਣਾ ਹੈ ਆਪ ਹੱਸ ਖੇਡ ਕੇ ਖੁਸ਼ ਹੋ ਜਾਂਦਾ, ਉਹਨੂੰ ਮੇਰੀ ਇਜਾਜ਼ਤ ਦੀ ਕੀ ਲੋੜ ਹੈ? ਸਗੋਂ ਮੈਂ ਤੁਸੀਂ ਸਾਰਿਆਂ ਨੂੰ ਦੇਖ ਕੇ ਆਪ ਹੀ ਖੁਸ਼ ਹੋ ਜਾਂਦਾ। ਸੋਰੀ ਬਾਊ ਜੀ, ਪਰ ਜੇ ਖੁਸ਼ੀ ਇਸ ਤਰੀਕੇ ਨਾਲ ਐਕਸਪ੍ਰੈਸ ਕਰਨੀ ਹੁੰਦੀ ਨਾ। ਕੀ ਕਹਿਣ ਲੱਗਿਆ ਸੀ? ਮਤਲਬ ਤੈਨੂੰ ਖੁਸ਼ੀ ਨਹੀਂ ਚਾਹੀਦੀ? ਏਦਾਂ ਦਾ ਕਿਹੜਾ ਬੰਦਾ ਹੁੰਦਾ ਜਿਹੜਾ ਖੁਸ਼ ਨਹੀਂ ਹੋਣਾ ਚਾਹੁੰਦਾ? ਰੁਕ ਰੁਕ ਰੁਕ, ਤੂੰ ਖੁਸ਼ ਨਹੀਂ ਹੈ? ਜੇਕਰ ਤੂੰ ਖੁਸ਼ ਨਹੀਂ ਹੈ ਨਾ, ਤੇ ਉਹਦਾ ਵੀ ਇੱਕ ਇਲਾਜ ਹੈ ਮੇਰੇ ਕੋਲ। ਬੀਜੀ, ਅਮ੍ਰਿਤਾ ਚਾਹੁੰਦੀ ਸੀ ਕਿ ਰੀਤ ਇੱਕ ਦਿਨ ਰਣਵੀਰ ਦੀ ਵਾਟੀ ਬਣੇ। ਆਈ ਐਮ ਸੋਰੀ ਬਾਊ ਜੀ, ਬਟ ਮੈਨੂੰ ਕੁਝ ਸਮਝ ਨਹੀਂ ਆ ਰਿਹਾ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? Z5 ਐਪ ਡਾਊਨਲੋਡ ਕਰੋ ਤੇ ਵੇਖੋ ਸਾਰੇ ਐਪੀਸੋਡ ਬਿਲਕੁਲ ਫ੍ਰੀ।